ਕਾਲਜ ਦੇ ਵਿੱਚ ਵਿਦਿਆਰਥੀ ਨਕਲ ਕਰਦਾ ਫੜਿਆ ਗਿਆ। ਅਸੀਂ ਲੁਧਿਆਣਾ ਦੇ ਉਸੇ ਕਾਲਜ ਦੇ ਬਾਹਰ ਆ, ਉਸ ਨੂੰ ਪ੍ਰਿੰਸੀਪਲ ਦੇ ਕਮਰੇ ਦੇ ਵਿੱਚ ਲੈ ਕੇ ਜਾਂਦੇ ਨੇ। ਉੱਥੇ ਉਹ ਲਿਖ ਕੇ ਦਿੰਦਾ ਕਿ ਹਾਂ ਮੈਂ ਨਕਲ ਕਰਦਾ ਫੜਿਆ ਗਿਆ। ਉਹਨੇ ਬਕਾਇਦਾ ਲਿਖ ਕੇ ਦਿੱਤਾ, ਦਸਖਤ ਕੀਤੇ ਪੇਪਰ 'ਤੇ ਕਿ ਮੈਂ ਨਕਲ ਮਾਰ ਰਿਹਾ ਸੀ। ਉਹ ਪਰਚੀਆਂ ਮੇਰੇ ਜਿਓਮੈਟਰੀ ਬਾਕਸ 'ਚ ਸੀ। ਲੁਧਿਆਣਾ ਦੇ ਇੱਕ ਕਾਲਜ ਦੇ ਵਿੱਚ ਵਿਦਿਆਰਥੀ ਨਕਲ ਕਰਦਾ ਫੜਿਆ ਗਿਆ। ਜਦੋਂ ਨਕਲ ਕਰਦਾ ਫੜਿਆ ਗਿਆ, ਉਸ ਤੋਂ ਬਾਅਦ ਉਸਨੇ ਕਾਲਜ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਅਸੀਂ ਲੁਧਿਆਣਾ ਦੇ ਉਸੇ ਕਾਲਜ ਦੇ ਬਾਹਰ ਆ, ਇਹ PCT ਗਰੁੱਪ ਆਫ ਕਾਲਜ ਹੈ ਔਰ ਲੁਧਿਆਣਾ ਦੇ ਬੱਦੋਵਾਲ ਦੇ ਕੋਲ ਇਹ ਕਾਲਜ ਹੈ। BCOM ਫਸਟ ਈਅਰ ਦਾ ਵਿਦਿਆਰਥੀ ਸੀ, ਨਾਮ ਸ਼ਮਸ਼ੇਰ ਸੀ। ਔਰ ਸਵੇਰੇ ਜਦੋਂ ਪੇਪਰ ਦੇਣ ਵੜਦਾ ਕਲਾਸਰੂਮ ਦੇ ਵਿੱਚ, ਤਾਂ ਅਧਿਆਪਕ ਜਦੋਂ ਉਸਦੀ ਚੈਕਿੰਗ ਕਰਦੇ ਆ, ਜਮੈਟਰੀ ਬਾਕਸ ਦੇ ਵਿੱਚ ਪਰਚੀਆਂ ਪਾਈਆਂ ਜਾਂਦੀਆਂ, ਇੱਕ ਵਾਰਨਿੰਗ 'ਤੇ ਅਧਿਆਪਕ ਉਸਨੂੰ ਛੱਡ ਦਿੰਦੇ ਨੇ। ਦੂਜੀ ਵਾਰੀ ਫਿਰ ਅਧਿਆਪਕ ਜਦੋਂ ਫੜਦੇ ਨੇ, ਫਿਰ ਉਸਨੂੰ ਛੱਡ ਦਿੱਤਾ ਜਾਂਦਾ। ਪਰ ਤੀਜੀ ਵਾਰੀ ਅਧਿਆਪਕ ਉਸ ਨੂੰ ਪ੍ਰਿੰਸੀਪਲ ਦੇ ਕਮਰੇ ਦੇ ਵਿੱਚ ਲੈ ਕੇ ਜਾਂਦੇ ਨੇ। ਉੱਥੇ ਉਹ ਲਿਖ ਕੇ ਦਿੰਦਾ ਕਿ ਹਾਂ ਮੈਂ ਨਕਲ ਕਰਦਾ ਫੜਿਆ ਗਿਆ। ਉਸ ਤੋਂ ਬਾਅਦ ਇਸੇ ਕਾਲਜ ਦੀ ਅੰਦਰ ਬਿਲਡਿੰਗ, ਇੰਜੀਨੀਅਰਿੰਗ ਬਿਲਡਿੰਗ ਹੈ, ਉੱਥੋਂ ਦੀ ਉਹਨੇ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਵਿਦਿਆਰਥੀ ਦੀ ਜਿਹੜਾ ਸ਼ਵ ਹੈ, ਉਸਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਮੋਰਚੀ 'ਚ ਰਖਾਇਆ ਗਿਆ। ਪਰ ਜਿਸ ਤਰ੍ਹਾਂ ਦੇ ਨਾਲ ਇਹ ਤਸਵੀਰਾਂ ਸਾਹਮਣੇ ਆਈ ਹੈ, ਇਹ ਆਪਣੇ ਆਪ ਦੇ ਵਿੱਚ ਸਵਾਲ ਜ਼ਰੂਰ ਖੜ੍ਹੇ ਹੁੰਦੇ ਨੇ ਕਿ ਵਿਦਿਆਰਥੀਆਂ ਦੇ ਉੱਤੇ ਕਿੰਨਾ ਪੜ੍ਹਾਈ ਨੂੰ ਲੈ ਕੇ ਬੜਾ ਪ੍ਰੈਸ਼ਰ ਹੈ, ਔਰ ਵਿਦਿਆਰਥੀ ਵੀ ਸਾਡੇ ਨਾਲ ਨੇ। ਤੁਸੀਂ ਇਸੇ ਕਾਲਜ ਪੜ੍ਹਦੇ ਹੋ? ਹਾਂਜੀ ਸਰ। ਕੀ ਪਤਾ ਲੱਗਿਆ ਕੀ ਹੋਇਆ? ਕੀ ਸਰ? ਉਹੀ ਹੈ ਸਰ, ਪ੍ਰੈਸ਼ਰ ਬਹੁਤ ਪੈਂਦੇ ਆ ਕਾਲਜ ਵਿੱਚ, ਅਤੇ ਜਿਵੇਂ ਕੋਈ ਗਲਤੀ ਹੋ ਗਈ ਬੱਚੇ ਨੂੰ, ਇੱਦਾਂ ਬਹੁਤ ਜ਼ਿਆਦਾ ਉਹ ਕਰਦੇ ਆ ਵੀ ਜਿਵੇਂ ਬਹੁਤ ਜ਼ਿਆਦਾ ਰੂਡ ਉਹ ਕਰਦੇ ਟ੍ਰੀਟ। ਪਰ ਇਹ ਤਾਂ ਨਕਲ ਕਰਦਾ ਫੜਿਆ ਗਿਆ ਸੀ, ਕਹਿੰਦੇ ਇਹ ਸਾਨੂੰ ਵਰਸ਼ਨ ਦਿੱਤਾ ਅੰਦਰੋਂ ਇੱਕ ਡਾਇਰੈਕਟਰ। ਨਕਲ ਕਰਦਾ ਵੀ ਫੜਿਆ ਹੋਇਆ ਗਿਆ ਸਰ, ਫਿਰ ਵੀ ਕੋਈ ਪਨਿਸ਼ਮੈਂਟ ਹੁੰਦੀ ਹੈ ਕਿਸੇ ਲੈਵਲ ਦੇ ਵਿੱਚ, ਪਰ ਜਿਵੇਂ ਇਹਨਾਂ ਨੇ ਉਹ ਕਰਤਾ, ਜਿਵੇਂ ਹੁਣ ਇਹ ਵਿਦਿਆਰਥੀ ਚੱਲ ਯਾਰ ਹੁਣ ਕੁਛ ਕਹਿਣਾ ਚਾਹੁੰਦਾ ਸਹੀ ਆ ਜਾ ਤੇ ਬੋਲਣਾ ਚਾਹੁੰਦਾ। ਮੈਂ ਵੀ ਬੋਲਣਾ ਚਾਹੁੰਦਾ ਕਿਉਂਕਿ ਸਰ ਮੇਰੇ ਨਾਲ ਵੀ ਹੋਈ ਆ, ਇਹਨਾਂ ਨੇ ਮੈਨੂੰ ਬਿਨਾਂ ਗਲਤੀ ਤੋਂ ਉਹ ਕੀਤਾ ਸੀਗਾ, ਸਸਪੈਂਡ ਕੀਤਾ। ਤੁਸੀਂ ਕਿਹੜੀ ਕਲਾਸ ਪੜ੍ਹਦੇ? ਆਪਾਂ MBA ਦੇ ਵਿੱਚ ਆ। ਓਕੇ। ਅਤੇ ਇਹਨਾਂ ਨੇ ਬਿਨਾਂ ਗਲਤੀ ਸਸਪੈਂਡ ਕਰਤਾ, ਅਤੇ ਸਾਡਾ ਪੂਰਾ ਉਹ ਕਰਤਾ ਇਹਨਾਂ ਨੇ, ਡਿਗਰੀ ਉਹ ਕਰਤੀ। ਇਹ ਵਿਦਿਆਰਥੀ ਰੋਸ਼ ਵਿੱਚ ਵੀ ਨੇ ਕਿਉਂਕਿ ਪ੍ਰੈਸ਼ਰ ਕਾਫੀ ਪੜ੍ਹਾਈ ਦਾ ਹੁੰਦਾ, ਔਰ ਸਵਾਲ ਕਾਲਜ ਮੈਨੇਜਮੈਂਟ 'ਤੇ ਵੀ ਚੁੱਕ ਰਹੇ ਨੇ, ਔਰ ਇਹੀ ਉਹ ਲੁਧਿਆਣਾ ਦੇ ਬੱਦੋਵਾਲ ਦੇ ਕੋਲ PCTE ਗਰੁੱਪ ਆਫ ਕਾਲਜ ਦੀ ਬਿਲਡਿੰਗ ਹੈ, ਜਿੱਥੇ ਇੱਕ ਵਿਦਿਆਰਥੀ BCOM ਦਾ ਵਿਦਿਆਰਥੀ ਸ਼ਮਸ਼ੇਰ ਸਿੰਘ ਜਿਹੜਾ ਨਕਲ ਕਰਦਿਆਂ ਫੜਿਆ ਗਿਆ, ਤਾਂ ਜਦੋਂ ਪ੍ਰਿੰਸੀਪਲ ਦੇ ਕਮਰੇ ਵਿੱਚ ਲਿਜਾਂਦਾ ਗਿਆ, ਤਾਂ ਉਸਨੇ ਆਪ ਲਿਖ ਕੇ ਦਿੱਤਾ ਕਿ ਮੈਂ ਨਕਲ ਕਰ ਰਿਹਾ ਸੀ। ਉਸ ਤੋਂ ਬਾਅਦ ਉਸਨੇ ਕਾਲਜ ਦੀ 7ਵੀਂ ਮੰਜ਼ਿਲ ਤੋਂ ਉਸਨੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸੋ ਕਾਲਜ ਨੇ ਜਿਸ ਤਰ੍ਹਾਂ ਦੇ ਨਾਲ ਇਹ ਪੂਰਾ ਜਾਣਕਾਰੀ ਦਿੱਤੀ ਹੈ ਸਾਨੂੰ ਕਿ ਵਿਦਿਆਰਥੀ ਨੂੰ ਪਹਿਲੀ ਵਾਰਨਿੰਗ ਦਿੱਤੀ, ਦੂਸਰੀ ਵਾਰਨਿੰਗ ਦਿੱਤੀ, ਤੀਸਰੀ ਵਾਰਨਿੰਗ 'ਤੇ ਵਿਦਿਆਰਥੀ ਨਕਲ ਕਰਨ ਨੂੰ ਨਹੀਂ ਹਟਿਆ। ਉਸ ਤੋਂ ਬਾਅਦ ਉਸਨੂੰ ਪ੍ਰਿੰਸੀਪਲ ਦੇ ਕਮਰੇ ਵਿੱਚ ਲਿਜਾਇਆ ਗਿਆ, ਜਿੱਥੇ ਉਸਨੇ ਲਿਖ ਕੇ ਦਿੱਤਾ। ਔਰ ਉਸ ਤੋਂ ਬਾਅਦ ਪ੍ਰਿੰਸੀਪਲ ਦੇ ਕਮਰੇ ਵਿੱਚ ਉਹ ਨਿਕਲਿਆ, ਤਾਂ ਉਸਨੇ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ। ਪਰ ਹਸਪਤਾਲ ਵੀ ਉਸਨੂੰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਵਿਦਿਆਰਥੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਅਸੀਂ ਵਿਦਿਆਰਥੀਆਂ ਨਾਲ ਵੀ ਗੱਲਬਾਤ ਕਰ ਰਹੇ ਸੀ, ਵਿਦਿਆਰਥੀ ਕਾਫੀ ਰੋਸ਼ ਵਿੱਚ ਵੀ ਨੇ ਕਿ ਕਾਲਜ ਮੈਨੇਜਮੈਂਟ ਵੱਲੋਂ ਕਾਫੀ ਪ੍ਰੈਸ਼ਰ ਜਿਹੜਾ ਹੈ ਉਹ ਪੜ੍ਹਾਈ ਨੂੰ ਲੈ ਕੇ ਕੀਤਾ ਜਾਂਦਾ। ਨਹੀਂ, ਤੁਸੀਂ ਬੋਲਦੇ ਬੋਲਦੇ ਫਿਰ ਅੰਦਰ ਚਲੇ ਗਏ, ਕੀ ਕਹਿ ਰਹੇ ਹੋ?
ਇਹੀ ਕਹਿ ਰਹੇ ਮੈਂ ਕਿਹਾ ਵੀ ਸਾਨੂੰ ਟੀਚਰਸ ਵੱਲੋਂ ਬਹੁਤ ਜ਼ਿਆਦਾ ਉਹ ਕੀਤਾ ਗਿਆ ਵਾ, ਪ੍ਰੈਸ਼ਰ ਪਾਇਆ ਗਿਆ ਵਾ, ਅਤੇ ਟੀਚਰਸ ਨੇ ਵੀ ਇੱਥੋਂ ਜੋਬ ਛੱਡਤੀ ਹੋਈ ਆ ਕਿਉਂਕਿ ਇੱਥੇ ਬਹੁਤ ਜ਼ਿਆਦਾ ਪ੍ਰੈਸ਼ਰ ਪਾ ਦਿੰਦੇ ਹੁੰਦੇ ਆ ਬਿਨਾਂ ਗੱਲ 'ਤੇ ਸਾਨੂੰ ਉਹ ਕਰਤਾ। ਅਤੇ ਇਹ ਬਹੁਤ ਜ਼ਿਆਦਾ ਰੂਲਸ ਨੂੰ ਉਹ ਕਰਦੇ ਵੀ ਇਹ ਨਹੀਂ ਦੇਖਦੇ ਵੀ ਬੱਚਿਆਂ ਦਾ ਕੋਈ ਕਰੀਅਰ ਹੈਗਾ ਅੱਗੋਂ 6 ਮਹੀਨੇ ਬਾਅਦ, ਕੋਈ ਛੋਟੀ ਜਿਹੀ ਵੀ ਗਲਤੀ ਹੋਵੇ ਤਾਂ ਵੀ ਇਹ ਬਹੁਤ ਜ਼ਿਆਦਾ ਉਹ ਕਰਦੇ ਆ ਰੂਲਸ। ਅੱਜ ਦਾ ਮਾਮਲਾ ਪਤਾ ਸੀ ਕੀ ਹੋਇਆ, ਇਹਨਾਂ ਨੇ ਇਹ ਕੀਤਾ ਵਾ ਕਿਸੇ ਬੱਚੇ ਚੀਟਿੰਗ ਦਾ ਕੇਸ ਫੜਿਆ ਗਿਆ ਵਾ, ਹੁਣ ਇਹ ਵੀ ਨਹੀਂ ਪਤਾ ਇਹਨਾਂ ਨੂੰ ਵੀ ਕਿ ਉਹਨੇ ਚੀਟਿੰਗ ਕੀਤੀ ਹੈ ਕਿ ਨਹੀਂ, ਕਿਸੇ ਬੱਚੇ ਨੇ ਕਿਸੇ ਹੁਣ ਚਿੱਟ ਫੜਾਤੀ ਹੋਵੇ, ਕਿਉਂਕਿ ਐਡਾ ਵੱਡਾ ਕੋਲੇ ਕਿਸੇ ਨੇ ਚਿੱਟ ਅੱਗੇ ਸੁੱਟਤੀ ਹੋਵੇ, ਇਹਨੇ ਬਿਨਾਂ ਚੈਕਿੰਗ ਕਰਤੇ ਸਸਪੈਂਡ ਕਰਤਾ। ਅਗਲੇ ਦਾ ਘਰਦਿਆਂ ਵਿੱਚੋਂ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਪਿੱਛੋਂ, ਕੋਈ ਬੱਚਾ ਨਹੀਂ ਸਹਿ ਸਕਦਾ ਵੀ ਚੀਟਿੰਗ ਦਾ ਕੇਸ ਪਿਆ ਵਾ ਉਹਦੇ ਘਰੋਂ, ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ, ਉਹਨੇ ਅਗਲੇ ਨੇ ਉਹ ਕਰਤਾ। ਤੁਸੀਂ ਇਸੇ ਕਾਲਜ ਦੇ ਵਿੱਚ ਪੜ੍ਹਦੇ? ਮੈਨੂੰ 5 ਸਾਲ ਹੋ ਗਏ ਕਾਲਜ ਦੇ ਵਿੱਚ। ਕਿਹੜੀ ਕਲਾਸ 'ਚ? MBA ਦੇ ਵਿੱਚ। ਮੇਰੇ ਦੱਸਣ ਦੇ ਮੁਤਾਬਕ ਤਾਂ ਉਹਨੇ ਕੋਠੇ 'ਤੇ ਚੜ੍ਹ ਕੇ ਛਾਲ ਮਾਰੀ ਆ, ਬਾਕੀ ਸਾਰਾ ਅਸੀਂ ਕਲੀਅਰ ਕਰਦੇ ਹਾਂ ਕੀ ਹੋਇਆ ਕਿਵੇਂ। ਸਰ ਕਿਹੜੀ ਮੰਜ਼ਿਲ ਤੋਂ ਛਾਲ ਮਾਰੀ? 7ਵੀਂ ਮੰਜ਼ਿਲ ਆ, ਇੰਜੀਨੀਅਰਿੰਗ ਕਾਲਜ ਦੀ। ਨਾ ਲੈਣ ਲੱਗੇ ਬਾਇਓਡਾਟਾ ਸਾਰਾ, ਉਹ ਮੁੰਡੇ ਦਾ ਕੀ ਹੈ ਉਹ ਕਲੀਅਰ ਕਰਦੇ ਹਾਂ। ਡੈਥ ਹੋ ਗਈ ਮੁੰਡੇ ਦੀ? ਹਾਂਜੀ, ਡੈਥ ਹੋ ਗਈ। ਕਿੰਨੀ ਕੁ ਦੇਰ ਪਹਿਲੇ ਦੀ ਗੱਲ ਹੈ ਇਹ? ਇਹ ਸਾਡੇ ਤੋਂ ਤਾਂ ਮੈਸੇਜ ਆਇਆ 2 ਘੰਟੇ ਪਹਿਲਾਂ, ਹਜੇ ਕੁਛ ਨਹੀਂ ਪਤਾ ਲੱਗਾ ਜੀ, ਕਲੀਅਰ ਕਰਦੇ ਹਾਂ। ਹਾਂਜੀ ਸਰ, ਕਿਹੜਾ ਥਾਣਾ? ਥਾਣਾ ਦਾਖਾ ਜੀ। ਸਾਡੇ ਅੱਜ ਕੱਲ੍ਹ ਇੱਥੇ PTO ਦੇ ਇਮਤਿਹਾਨ ਚੱਲ ਰਹੇ ਨੇ, ਅਤੇ ਸਵੇਰੇ 9:30 ਵਜੇ ਪੇਪਰ ਸ਼ੁਰੂ ਹੁੰਦਾ ਅਤੇ 12:30 ਵਜੇ ਖਤਮ ਹੁੰਦਾ। ਉਹ ਬੱਚਾ BCOM ਫਸਟ ਈਅਰ ਦਾ ਹੈ ਜਿਹੜਾ ਅੱਜ ਇਮਤਿਹਾਨ ਦੇਣ ਆਇਆ, ਉਹਦਾ ਪੇਪਰ ਸੀਗਾ ਇਨਵਾਇਰਮੈਂਟਲ ਸਾਇੰਸ ਦਾ, ਜਿਹਨੂੰ ਅਸੀਂ EVS ਕਹਿੰਦੇ ਹਾਂ ਸ਼ਾਰਟ ਫਾਰਮ ਦੇ ਵਿੱਚ। ਪੇਪਰ ਦੇ ਦੌਰਾਨ ਦੇਖਿਆ ਗਿਆ, ਜਿਹੜੇ ਉੱਥੇ ਸਾਡੇ ਟੀਚਰ ਸਾਹਿਬਾਨ ਇਨਵਿਜੀਲੇਟਰ ਨੇ, ਉਹਨਾਂ ਨੇ ਦੇਖਿਆ ਕਿ ਉਹਦੇ ਜਮੈਟਰੀ ਬਾਕਸ ਦੇ ਵਿੱਚ ਪਰਚੀਆਂ ਨੇ, ਜਿਹਨੂੰ ਆਪਾਂ ਪੈੱਨ ਪੈਨਸਿਲ ਬਾਕਸ ਕਹਿੰਦੇ ਹਾਂ ਜਾਂ ਜਮੈਟਰੀ ਬਾਕਸ ਕਹਿੰਦੇ ਹਾਂ, ਅਤੇ ਉਹ ਖੁੱਲ੍ਹੀਆਂ ਅਤੇ ਪਰਚੀਆਂ ਨਿਕਲੀਆਂ। ਫਿਰ ਉਹ ਸਟੂਡੈਂਟ ਨੂੰ ਅਸੀਂ ਸੁਪਰਡੈਂਟ ਦੇ ਕਮਰੇ 'ਚ ਲੈ ਕੇ ਗਏ, ਜੋ ਪ੍ਰੋਟੋਕਾਲ ਹੈ ਉੱਥੇ ਜਾ ਕੇ ਉਹਨੇ ਬਿਆਨ ਦਿੱਤਾ, ਲਿਖਿਆ ਕਿ ਮੈਂ ਪਰਚੀਆਂ ਲੈ ਕੇ ਆਇਆ ਸੀ ਨਕਲ ਮਾਰਨ ਲਈ। ਅਸੀਂ ਉਹਦੇ ਕੋਲੋਂ ਲਿਖਾ ਲਿਆ, ਉਦੋਂ ਬਾਅਦ ਅਸੀਂ ਉਹਨੂੰ ਕਿਹਾ ਬੇਟਾ ਠੀਕ ਹੈ ਤੁਸੀਂ ਆਪਣੇ ਘਰ ਚਲੇ ਜਾਓ ਹੁਣ, ਅਤੇ ਪੇਪਰ ਆਪਣਾ ਦੇ ਦਿਓ। ਉਹਨਾਂ ਨੇ ਪੇਪਰ ਸਬਮਿਟ ਕਰਤਾ ਅਤੇ ਨਿਕਲ ਗਿਆ। ਮਗਰ ਨਾਲ ਹੀ ਸਾਡੇ ਜਿਹੜਾ PCT ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਹੈ, ਜੋ ਹਾਰਡਲੀ 500 ਮੀਟਰ 'ਤੇ ਹੈ, ਉਹ ਬੱਚਾ ਉੱਥੇ ਜਾਂਦਾ ਹੈ 7ਵੀਂ ਮੰਜ਼ਿਲ 'ਤੇ ਚੜ੍ਹਦਾ, ਉੱਥੋਂ ਸੁਸਾਈਡ ਕਮਿਟ ਕਰ ਲੈਂਦਾ। ਕੋਈ ਸਿਕਿਉਰਿਟੀ ਅਗਰ ਉਹਨੂੰ ਫੜਿਆ ਸੀ ਬੱਚੇ ਨੂੰ ਤੁਸੀਂ ਪਰਚੀਆਂ ਨਕਲ ਮਾਰਦੇ ਹੋਏ, ਕੋਈ ਸਿਕਿਉਰਿਟੀ ਨਾਲ ਨਹੀਂ ਸੀ ਉਹਨੂੰ ਲੈ ਕੇ ਜਾਂਦੇ ਅਤੇ ਕੋਈ ਦੇਖਣ ਵਾਲਾ ਨਹੀਂ ਸੀ? ਕੋਈ ਸਿਕਿਉਰਿਟੀ ਗਾਰਡ? ਸਿਕਿਉਰਿਟੀ ਗਾਰਡ ਸਾਰੇ ਹੁੰਦੇ ਨੇ ਜੀ, ਸਵੇਰੇ ਸਾਰਾ ਕੁਝ ਚੈੱਕ ਹੁੰਦਾ ਹੈ ਜੀ, ਕੋਈ ਡਿਜੀਟਲ ਮੋਬਾਈਲ ਨਾ ਹੋਵੇ, ਕੋਈ ਡਿਜੀਟਲ ਵਾਚ ਨਾ ਹੋਵੇ, ਕੋਈ ਈਅਰਪੋਡਸ ਨਾ ਹੋਵੇ। ਉਹ ਜਦੋਂ ਉੱਪਰ ਬਿਲਡਿੰਗ 'ਤੇ ਚੜਿਆ ਉਹਦਾ ਸਿਕਿਉਰਿਟੀ ਨਹੀਂ ਸੀ? ਅੱਜ ਕੱਲ੍ਹ ਇਮਤਿਹਾਨ ਚੱਲ ਰਹੇ ਨੇ, ਉੱਥੇ ਬੱਚੇ ਕੋਈ ਹੁੰਦੇ ਨਹੀਂ, ਬੱਚੇ ਪੇਪਰ ਦੇਣ ਆਉਂਦੇ ਚਲੇ ਜਾਂਦੇ ਨੇ, ਸਿਕਿਉਰਿਟੀ ਹੁੰਦੀ ਹੈ। ਮਗਰ ਗਿਆ ਕੋਈ ਉਹਦੇ ਭੱਜਿਆ ਨਹੀਂ ਵੀ ਉਹ ਬਿਲਡਿੰਗ ਚੜ੍ਹ ਗਿਆ ਉੱਪਰ? ਉਹ ਹੁਣ ਉਹ ਸਟੂਡੈਂਟ ਹੈ, ਕਾਰਡ ਉਹਦੇ ਕੋਲ, ਆਈ ਕਾਰਡ ਹੈ, ਅਤੇ ਸਾਰੇ ਸਟੂਡੈਂਟ ਕਿਸੇ ਵੀ ਕਾਲਜ 'ਚ ਚਲੇ ਜਾਂਦੇ ਨੇ, ਕਿਸੇ ਨੇ ਸੋਚਿਆ ਹੀ ਨਹੀਂ ਸੀਗਾ ਕਿ ਇਹ ਬੱਚਾ ਇੱਦਾਂ ਕਰੇਗਾ। ਬਿਲਡਿੰਗ ਕਾਲਜ ਦੇ ਅੰਦਰ ਹੀ ਇੰਜੀਨੀਅਰਿੰਗ? ਹਾਂਜੀ ਹਾਂਜੀ, ਇੰਜੀਨੀਅਰਿੰਗ ਅੰਦਰ ਹੈ। ਅਤੇ ਉਹ ਇੱਕਦਮ ਜਦੋਂ ਤੁਸੀਂ ਅਗਰ ਉਹਨੇ ਜਮੈਟਰੀ ਦੇ ਵਿੱਚੋਂ ਪਰਚੀ ਨਿਕਲੀ ਸੀ ਪ੍ਰਿੰਸੀਪਲ ਦੇ ਕਮਰੇ ਲੈ ਗਏ, ਉਸ ਤੋਂ ਬਾਅਦ ਉਹਨੇ ਕਮਿਟ ਕੀਤਾ ਕਿ ਮੈਂ ਨਕਲ ਮਾਰ ਰਿਹਾ ਸੀ? ਉਹਨੇ ਬਕਾਇਦਾ ਲਿਖ ਕੇ ਦਿੱਤਾ, ਦਸਤਖਤ ਕੀਤੇ ਪੇਪਰ 'ਤੇ ਕਿ ਮੈਂ ਨਕਲ ਮਾਰ ਰਿਹਾ ਸੀ, ਉਹ ਪਰਚੀਆਂ ਮੇਰੇ ਜਮੈਟਰੀ ਬਾਕਸ 'ਚ ਸੀਗੀਆਂ। ਉਹ ਫਿਰ ਬਾਹਰ ਆਇਆ? ਫਿਰ ਉਹ ਬਾਹਰ ਆਇਆ, ਬਾਹਰ ਆ ਕੇ ਅਸੀਂ ਉਹਨੂੰ ਕਿਹਾ ਘਰ ਚਲਾਈਏ, ਅਸੀਂ ਸਭ ਆਪਣੇ ਅੰਦਰ ਉੱਥੇ ਬਿਜ਼ੀ ਹੋ ਗਏ। ਬਾਅਦ 'ਚ ਸਾਨੂੰ ਖਬਰ ਆਉਂਦੀ ਹੈ ਕਿ ਉਹ ਬੱਚੇ ਨੇ ਸੁਸਾਈਡ ਕਮਿਟ ਕਰ ਲਿਆ। ਹੋਸਪਿਟਲ ਐਡਮਿਟ ਕਰਾਇਆ ਸੀ? ਹਾਂ, ਉਸੇ ਟਾਈਮ ਅਸੀਂ DMC ਲੈ ਗਏ ਸੀ, ਉਸੇ ਟਾਈਮ ਅਸੀਂ ਆਪਣੇ ਕਾਲਜ ਦੀ ਗੱਡੀ 'ਚ DMC ਲੈ ਗਏ। ਜਦ ਤੱਕ DMC ਪਹੁੰਚੇ ਡਾਕਟਰਾਂ ਨੇ ਸੌਰੀ ਕਿਹਾ। ਤੁਸੀਂ ਡਾਇਰੈਕਟਰ ਹੋ, ਕੀ ਲੱਗਦਾ ਕੀ ਹੈ ਕਿ ਸਟੂਡੈਂਟ ਕਿਉਂ ਇਹ ਕਦਮ ਚੱਕਿਆ, ਸਟੂਡੈਂਟ ਨੇ ਕਿਵੇਂ ਕੀ ਸਮਝ ਕੇ ਆਉਂਦਾ? ਸਰ, ਮੈਨੂੰ ਲੱਗਦਾ ਇੰਨੀ ਛੋਟੀ ਜਿਹੀ ਗੱਲ ਪਿੱਛੇ ਜ਼ਿੰਦਗੀ 'ਚ ਇੱਦਾਂ ਨਹੀਂ ਕਰਨਾ ਚਾਹੀਦਾ। ਹੁਣ ਕੀ ਉਹਦੇ ਘਰ ਦੇ ਹਾਲਾਤ ਸੀ ਜਾਂ ਕੀ ਸੀਗਾ
ਕੀ ਪ੍ਰੈਸ਼ਰ ਸੀ ਉਹਦੇ ਬਾਰੇ ਤਾਂ ਮੈਂ ਕੁਛ ਨਹੀਂ ਕਹਿ ਸਕਦਾ, ਮਗਰ ਇਹ ਬਹੁਤ ਛੋਟੀ ਜਿਹੀ ਗੱਲ ਹੈ। ਇਸ ਕਾਲਜ ਨੂੰ ਚੱਲਦਿਆਂ 25 ਸਾਲ ਹੋ ਗਏ, ਮੈਨੂੰ ਵੀ 8-9 ਸਾਲ ਹੋ ਗਏ, ਮੈਂ ਵੀ ਕੰਟਰੋਲਰ ਵੀ ਰਿਹਾ, ਡਾਇਰੈਕਟਰ ਵੀ ਹਾਂ, ਮੈਂ ਅੱਜ ਤੱਕ ਇੱਦਾਂ ਦਾ ਹਾਦਸਾ ਨਹੀਂ ਸੁਣਿਆ ਇਸ ਕਾਲਜ ਵਿੱਚ।